ਵੱਡੀ ਨਾਣੂ ਨੇ ਗੋਲੀਆਂ ਮਾਰੀਆਂ ਨਾਲ ਬੰਦੇ ਸੀ ਇਹ ਮੇਰੇ ਸਹੁਰੇ ਰਾਜੂ ਅਤੇ ਮੇਰਾ ਸਾਲਾ ਲਵੀ ਇਹਨਾਂ ਨੇ ਮਰਵਾਈਆਂ ਨਾਣੂ ਰਿਸ਼ਭ ਬੈਣੀਪਨ ਨਾਣੂ ਨੇ ਮਾਰੀਆਂ ਕਾਫੀ ਦੇਰ ਤੋਂ ਮੇਰੇ ਮਗਰ ਲੱਗਿਆ ਸੀ ਸਿਕਿਉਰਿਟੀ ਮੇਰੀ ਐਡਵੋਕੇਟ ਗਗਨਪ੍ਰੀਤ ਮੱਖੂ ਇਹ ਸਾਰੇ ਨਾਲ ਰਲੇ ਹੋਏ ਆ ਮੇਰੀ ਸਿਕਿਉਰਿਟੀ ਲਵਾਈ ਮੈਨੂੰ ਮਾਰਨ ਵਾਸਤੇ ਇਹ ਪ੍ਰਿੰਕਲ ਜਿਹੜਾ ਹੈਗਾ ਇਹ 3 ਨੰਬਰ ਏਰੀਆ ਦੇ ਵਿੱਚ ਇਹਦਾ ਇੱਕ ਸ਼ੋਪ ਹੈ ਜਿੱਥੇ ਇਹ ਆਪਣੀ ਸ਼ੋਪ ਤੇ ਹਾਜ਼ਰ ਸੀ ਤਾਂ ਇਹਦੇ ਦੱਸਣ ਮੁਤਾਬਿਕ ਹੈ ਵੀ ਬੈਨੀਪਾਲ ਰਿਸ਼ਭ ਬੈਨੀਪਾਲ ਅਤੇ ਨਾਲ ਉਹਦਾ ਸਹੁਰਾ ਅਤੇ ਹੋਰ ਜਿਹੜੇ 3-4 ਲੋਕ ਜਿਨ੍ਹਾਂ ਨੇ ਆ ਕੇ ਮੇਰੇ 'ਤੇ ਫਾਇਰਿੰਗ ਕੀਤੀ ਅਤੇ ਉਹਦੇ ਵਿੱਚ ਮੇਰੇ ਜਿਹੜੇ ਇੰਜਰਡ ਹੋਇਆ ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਘੜੀ ਠੀਕ ਠਾਕ ਬੋਲਦਾ ਆਪਣੀ ਸਾਰੀ ਸਟੇਟਮੈਂਟ ਦੱਸਦਾ ਸਾਰੇ ਹਾਲਾਤਾਂ ਬਾਰੇ ਦੱਸ ਰਿਹਾ ਤਾਂ ਹੁਣ ਮੇ ਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਅਤੇ ਇਹਦਾ ਬੈਟਰ ਟ੍ਰੀਟਮੈਂਟ ਲਈ ਇਹਦੇ 3-4 ਗੋਲੀਆਂ ਲੱਗੀਆਂ ਬਟ ਜੋ ਇਹਦੇ ਦੱਸਣ ਮੁਤਾਬਿਕ ਹੈ ਵੀ ਵਜ੍ਹਾ ਰੰਜਿਸ਼ ਕੀ ਹੈ ਵਿੱਚ ਇਹ ਕਿਉਂ ਹੋਇਆ ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਅਤੇ ਘਰੇਲੂ ਹੈ ਜਿਹੜਾ ਕਿ ਪਰਿਵਾਰਿਕ ਤੌਰ 'ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ ਜਿਹੜੀ ਕਿ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਹੈ ਜਿਸ ਬੰਦੇ ਦਾ ਬੈਨੀਪਾਲ ਦਾ ਨਾਮ ਲੈ ਰਿਹਾ ਜੋ ਇਹਦੇ ਇਨਲੋਜ਼ ਦਾ ਬਹੁਤ ਨੇੜੇ ਦਾ ਅਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋਂ ਉਸ ਲੇਡੀ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ ਆਪਸ 'ਚ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ ਸਰ ਨੰਨੂ ਗੈਂਗਸਟਰ ਦਾ ਇੱਕ ਨਾਮ ਆ ਰਿਹਾ ਵਿੱਚ ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ ਬੈਨੀਪਾਲ ਰਿਸ਼ਭ ਬੈਨੀਪਾਲ ਏਲੀਅਸ ਨੰਨੂ ਉਹਦੇ ਸਹੁਰਾ ਪਰਿਵਾਰ ਨਾਲ ਬਹੁਤ ਪਿਆਰ ਹੈ ਅਤੇ ਜੋ ਕਿ ਸਹੁਰੇ ਪਰਿਵਾਰ ਦੀ ਵਿਸ਼ ਤੋਂ ਬਾਹਰ ਹੋ ਕੇ ਇਹਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚਾਹੁੰਦਾ ਸੀ ਅਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ੍ਹਾ ਰੰਜਿਸ਼ ਹੈ ਕੁਛ ਦਿਨ ਤੋਂ ਇਹਨਾਂ ਦਾ ਆਪਸ 'ਚ ਟੈਲੀਫੋਨ ਨਿਕਲੀ ਅਤੇ ਵੀਡੀਓ ਚੈਟ 'ਤੇ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ ਉਹਨੇ ਵੀ ਇਹਨੂੰ ਗਾਲਾਂ ਕੱਢੀਆਂ ਇਹਨੇ ਵੀ ਉਹਨੇ ਕੱਢੀਆਂ ਅਤੇ ਅੱਜ ਜੋ ਇਹਨੇ ਦੱਸਿਆ ਵੀ ਮੈਂ ਦੁਕਾਨ 'ਤੇ ਸੀ ਅਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ 'ਤੇ ਫਾਇਰਿੰਗ ਕੀਤੀ ਉਹਦੇ ਵਿੱਚ ਇਹਦੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ ਇਹਨੇ ਵੀ ਉਦੋਂ ਜਿਹੜੀ ਜਵਾਬੀ ਫਾਇਰ 'ਚ ਫਾਇਰ ਕੀਤੇ 5-6 ਅਤੇ ਉਹਦੇ ਦੱਸਣ ਮਤਲਬ ਕਿ ਉਹਨਾਂ 'ਚੋਂ ਵੀ ਸ਼ਾਇਦ ਮੇ ਬੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ ਅਤੇ ਇਹ ਹੁਣ ਇੱਥੇ ਜੇਰੇ ਇਲਾਜ ਹੈ ਸਟੇਟਮੈਂਟ ਲਿਖ ਲਈ ਹੈ ਬਾਏ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ 'ਤੇ ਪਰਚਾ ਦਰਜ ਕਰ ਲਿਆ ਅਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਾਂ ਇੱਕ ਜਿਹੜਾ ਇੱਕ ਇਹ ਇੰਜਰਡ ਇੱਕ ਨਾਲ ਹੋ ਰਹੀ ਇਹਦੇ ਤਕਰੀਬਨ 3 ਜਾਂ 4 ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਕਿਉਂਕਿ ਉਹ ਬੰਦੇ ਇਹਦੀ ਦੁਕਾਨ 'ਤੇ ਆਏ ਵਿਦਿਨ ਔਰ ਸੈਕਿੰਡ ਜਿਹੜਾ ਫਾਇਰ ਕੀਤਾ ਔਰ ਇਮੀਡੀਏਟਲੀ ਇਹਨੇ ਅੱਗੇ ਰਿਵਰਟ ਬੈਕ ਉਹਦੇ ਫਾਇਰ ਕੀਤਾ ਆਪਣੇ ਲਾਇਸੈਂਸੀ ਵੈਪਨ ਦੇ ਨਾਲ ਅਤੇ ਉਹ ਤੋਂ ਬਾਅਦ ਉੱਥੋਂ ਭੱਜ ਗਏ 3-4 ਆਦਮੀ ਇਹ ਦੱਸਣ ਮੁਤਾਬਿਕ ਹੈ ਵੀ ਅੰਦਰ 2 ਆਏ ਸੀ ਬਾਕੀ ਉਹਨਾਂ 1-2 ਹੋਰ ਸੀ ਡਾਕਟਰ ਸਾਹਿਬ ਦੇ ਦੱਸਣ ਮੁਤਾਬਿਕ ਹੈ ਹੁਣ ਹਜੇ ਗੱਲ ਕਰ ਰਿਹਾ ਬਟ ਇਹਦੇ ਜਿਹੜਾ ਸਿਟੀ ਸਕੈਨ ਵਗੈਰਾ ਕਰਾ ਰਹੇ ਹਾਂ ਤਾਂ ਫਿਰ ਉਹ ਤੋਂ ਬਾਅਦ ਡਾਕਟਰ ਸਾਹਿਬ ਅੱਗੇ ਫਰਦਰ ਸਾਨੂੰ ਦੱਸ CCTV ਵਗੈਰਾ ਅਸੀਂ ਫੁਟੇਜ 'ਚ ਲੈ ਲਈ ਹੈ ਔਰ ਇਹਦੇ ਵਿੱਚ ਉਹਨੇ ਖੁਦ ਬਾਏ ਨੇਮ ਜਿਹੜਾ ਮੁਕੱਦਮਾ ਦਰਜ ਕਰਾਇਆ ਔਰ ਸਾਰੇ ਬੰਦਿਆਂ ਨੂੰ ਜਿਹੜਾ ਪਛਾਣਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਇਹਦਾ ਪਰਿਵਾਰਿਕ ਰੌਲਾ ਵਾਈਫ ਜਿਹੜੀ ਇਹਦੀ ਹੁਣੇ ਥੋੜ੍ਹੀ ਦੇਰ ਪਹਿਲਾਂ ਮੈਰਿਜ ਹੋਈ ਸੀ ਉਹ ਤੋਂ ਬਾਅਦ ਇਹਦੀ ਵਾਈਫ ਕਿਸੇ ਤਰ੍ਹਾਂ ਨਾਲ ਘਰੇਲੂ ਪ੍ਰੋਬਲਮ ਕਰਕੇ ਜਿਹੜੀ ਵਾਈਫ ਹੈ ਤੋਂ ਡਾਈਵੋਰਸ ਲੈ ਰਹੀ ਉਹ ਪੇਕੇ ਘਰ ਚਲੇ ਗਈ ਹੈ ਵਾਪਸ ਤਾਂ ਉਹਦੇ ਜਿਹੜਾ ਕਾਰਨ ਹੈ ਉਹ ਇਹ ਬੈਨੀਪਾਲ ਜਿਹੜਾ ਨੰਨੂ ਹੈ ਉਹੀ ਹੈ
ਤਾਂ ਇਹੀ ਇਹਨਾਂ ਦੀ ਵਜ੍ਹਾ ਰੰਜਿਸ਼ ਦੇਖੋ ਉਹਨੇ ਤਿੰਨ ਤੋਂ ਚਾਰ ਬੰਦੇ ਦੱਸੇ ਆ ਤੇ ਜਿਹੜੇ ਅਸੀਂ ਹੁਣ ਉਹਦੀ ਸਟੇਟਮੈਂਟ ਲਿਖ ਕੇ ਬਾਈ ਨੇਮ ਜਿਹੜਾ ਮੁਕੱਦਮਾ ਦਰਜ ਕਰ ਰਹੇ ਹਾਂ।